ਸਤਿ ਸ਼੍ਰੀ ਅਕਾਲ ਵੀਰੋ, ਮੈਂ ਤੁਹਾਡਾ ਆਪਣਾ ਸਿਮਰ ਅੱਜ ਤੁਹਾਡੇ ਨਾਲ ਕੁਝ ਦਿਲ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਗਾ, ਜੋ ਕਿ ਆ ਵੀਰ ਆਪਣਾ ਸਾਹ ਪਨਕੋਡਾ ਜਿਹਦੇ ਨਾਲ ਬਹੁਤ ਹੀ ਵੱਡਾ ਧੋਖਾ ਹੋਇਆ, ਜੋ ਕਿ ਧੋਖਾ ਕੀਤਾ ਇਹਨਾਂ ਨੇ ਕੁਲਦੀਪ ਰੰਧਾਵਾ, ਪ੍ਰਿੰਸ ਰੰਧਾਵਾ ਅਤੇ ਰਮੀ ਰੰਧਾਵਾ, ਇਹਨਾਂ ਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਜਿਸ ਨੇ ਵੀ ਸਾਹ ਪਨਕੋਡਾ ਨੇ ਇਹਨਾਂ ਨੂੰ ਐਡੇ ਵੱਡੇ ਮੰਜ਼ਲ 'ਤੇ ਕੀਤਾ, ਐਡੇ ਵੱਡੇ ਸਟਾਰ ਬਣਾਇਆ, ਜਿਹੜੇ ਗੀਤਕਾਰ ਨੇ ਅੱਜ ਉਹਨੂੰ ਟੁੱਟਿਆ ਜਾਂ ਗੀਤਕਾਰ ਦੱਸਦੇ ਨੇ, ਜੋ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ। ਇਹਨਾਂ ਨੂੰ ਨਜਾਇਜ਼ ਸ਼ਰਮ ਆਉਣੀ ਚਾਹੀਦੀ, ਇਹਨਾਂ ਨੂੰ ਇੱਦਾਂ ਬੋਲਣ ਤੋਂ ਪਹਿਲਾਂ ਇਹਨਾਂ ਨੇ ਕੁਝ ਸੋਚ ਤਾਂ ਲੈਣਾ ਸੀ ਵੀ ਅਸੀਂ ਜਿਹਦੇ ਕਰਕੇ ਅੱਜ ਐਡੇ ਵੱਡੇ ਸਟਾਰ ਬਣੇ ਬੈਠੇ ਹਾਂ, ਅਸੀਂ ਇਹ ਬੋਲ ਰਹੇ ਹਾਂ, ਸਾਨੂੰ ਸ਼ਰਮ ਆਉਣੀ ਚਾਹੀਦੀ। ਇਹਨਾਂ ਨੇ ਪਹਿਲਾਂ ਸੋਚਣੀ ਸੀ ਇਹ ਗੱਲ, ਚੱਕ ਕੇ ਐਵੇਂ ਬੋਲ ਦੇਣਾ, ਕੋਈ ਹੈਗੀ ਆ ਸ਼ਰਮ? ਤੁਸੀਂ ਕਿੱਡੇ ਕੁ ਵੱਡੇ ਕੀ ਹੋ ਤੁਸੀਂ, ਜਿਹਦੇ ਕਰਕੇ ਤੁਸੀਂ ਐਡੇ ਵੱਡੇ ਸਟਾਰ ਬਣ ਗਏ, ਅੱਜ ਤੁਸੀਂ ਉਹਨੂੰ ਕੁਛ ਸਮਝਦੇ ਨਹੀਂ। ਸਟੇਜਾਂ 'ਤੇ ਤੁਸੀਂ ਲੋਕਾਂ ਨੂੰ ਇੰਨੇ ਸੱਚੇ ਬਣ ਬਣ ਦਿਖਾਉਣੇ ਹੋ ਵੀ ਸਾਡੇ ਵਰਗਾ ਕੋਈ ਬੰਦਾ ਹੀ ਨਹੀਂ ਹੈਗਾ, ਅਸੀਂ ਐਵੇਂ ਆ, ਗੰਦ ਗਾਈ ਜਾਂਦੇ ਆ, ਐਵੇਂ ਗਾਈ ਜਾਂਦੇ ਆ। ਜਿਹੜਾ ਬੰਦਾ ਵਧੀਆ ਲਿਖਦਾ ਸੀ ਉਹਨੂੰ ਤੁਸੀਂ ਕੀ ਦੇਤਾ, ਜਿਹਦੇ ਕਰਕੇ ਤੁਹਾਡੀ ਚੜ੍ਹਾਈ ਵੀ ਹੋ ਗਈ। ਜਿਹੜਾ ਬੰਦਾ ਹਰੇਕ ਨੂੰ ਤੁਸੀਂ ਕਹਿੰਦੇ ਹੋ, ਹਰੇਕ ਕਲਾਕਾਰ ਨੂੰ ਕਹਿੰਦੇ ਹੋ ਤੁਸੀਂ ਐਵੇਂ ਆ, ਜੋ ਆ ਬਹੁਆ, ਸਿੱਧੂ ਮੂਸੇ ਵਾਲੇ ਖਿਲਾਫ਼ ਤੁਸੀਂ ਬੋਲੀ ਗਏ, ਇਹ ਆਏ ਆ ਜੀ, ਜੋ ਆ ਬਹੁਆ। ਜਿਹੜਾ ਤੁਹਾਨੂੰ ਵਧੀਆ ਲਿਖ ਕੇ ਦਿੰਦਾ, ਸੌਂਗ ਲਿਖ ਕੇ ਦਿੰਦਾ, ਉਹਨੂੰ ਤਾਂ ਤੁਸੀਂ ਕੁਛ ਸਮਝਦੇ ਨਹੀਂ। ਅੱਜ ਤੁਸੀਂ ਉਹਨੂੰ ਅੱਡ ਕਰਤਾ, ਸਾਡਾ ਭਰਾ ਜੀ ਜੇ ਬੋਆ, ਉਹ ਰੰਧਾਵਾ ਕਹਿੰਦਾ ਸੀ, ਤੁਹਾਡਾ ਵੱਡਾ ਚਾਚਾ ਜੀ ਕੁਲਦੀਪ ਰੰਧਾਵਾ, ਮੇਰਾ ਅੱਗੇ ਬੇਟਾ ਜੀ, ਇਹ ਮੈਂ ਆਪਦਾ ਬੇਟਾ ਬਣਾਇਆ। ਇੱਕ ਮੈਂ ਕੁਲਦੀਪ ਰੰਧਾਵੇ ਦੀ ਹੋਰ ਵੀਡੀਓ ਦੇਖੀ ਸੀ, ਉਹ ਇੱਕ ਛੋਟੇ ਜਵਾਕ ਨੂੰ ਧਮਕੀ ਦਿੱਤੀ ਹੈ, ਅੱਗੇ ਗੀਤ ਦਾ ਗਾਉਣ ਤੋਂ ਪਹਿਲਾਂ ਉਹਨੇ ਸੌਂਕਿਆ ਤੌਰ 'ਤੇ ਗੀਤ ਗਾਇਆ ਸੀ ਉਹ ਮੁੰਡੇ ਨੇ, ਇਹਨੇ ਆਖਿਆ ਅਦਾ ਕਿ ਜਿਹਦਾ ਵੀ ਆਪਾਂ ਗੀਤ ਗਾਉਣੇ ਆਪਾਂ ਨੂੰ ਪਹਿਲਾਂ ਕਹਿਣਾ ਚਾਹੀਦਾ ਵੀ ਇਹ ਇਸ ਗੀਤਕਾਰ ਦਾ, ਇਸ ਕਲਾਕਾਰ ਨੇ ਗਾਇਆ, ਅਤੇ ਆਪਾਂ ਨੂੰ ਸਾਰਾ ਕੁਝ ਦੱਸਣਾ ਚਾਹੀਦਾ, ਆਪਾਂ ਨੂੰ ਆਪਦਾ ਨਾਂ ਨਹੀਂ ਪਾਉਣਾ ਚਾਹੀਦਾ। ਇਹਨਾਂ ਦੀ ਪ੍ਰਿੰਸ ਰੰਧਾਵਾ ਦੀ ਇੱਕ ਵੀਡੀਓ ਦੇਖੀ, ਇਹਨਾਂ ਨੇ ਲਾਈਵ ਗਾਇਆ ਹੋਇਆ, ਦੋਨਾਂ ਭਰਾਵਾਂ ਨੇ, ਦੋਨੇ ਭਰਾ ਹੀ ਲਾਈਵ ਗਾਉਂਦੇ ਨੇ। ਇਹਨੇ ਇੱਕ ਸੌਂਗ 'ਚ ਲਾਈਵ ਗਾਈ ਜਾਂਦਾ ਨਾ ਜਿਹੜਾ, ਇਹਨੇ ਵੀਰ ਪਨਕੋਟਾ ਦਾ, ਪਨਕੋਟਾ ਦਾ ਨਾਮ ਕੱਟਿਆ ਹੋਇਆ। ਉਹ ਕਲਿੱਪ ਦੇਖੀ ਮੈਂ ਯੂਟਿਊਬ 'ਤੇ ਦੇਖੀ ਸੀ, ਉਦੋਂ ਤੂੰ ਕਿਉਂ ਨਾ ਬੋਲਿਆ, ਤੁਸੀਂ ਆਪਦਾ ਨਾਂ ਪਾ ਤਾ, ਉਦੋਂ ਤੂੰ ਗੀਤਕਾਰ ਦਾ ਕਿਉਂ ਨਾ ਦੱਸਿਆ, ਲਾਈਵ ਗਾਇਆ, ਹੁਣ ਤਾਂ ਤੂੰ ਚੱਲ ਆਖੀ ਜਾਂਦਾ ਗਾ ਐਵੇਂ ਕਰਨਾ ਚਾਹੀਦਾ, ਐਵੇਂ ਕਰਨਾ ਚਾਹੀਦਾ, ਸਾਲਾ ਭੈਣ ਗਾ ਬੋਦੀ ਵਾਲਾ। ਉਹ ਸ਼ਰਮ ਕਰ ਲਓ ਯਾਰ, ਜਿਹਨੇ ਤੁਹਾਨੂੰ ਐਡਾ ਵੱਡਾ ਖਾਨਦਾਨੀ ਬਣਾਤਾ, ਤੁਹਾਡੇ ਕੋਲ ਕੀ ਹੁਣ ਤਾਂ ਲੱਗਦਾ ਨਹੀਂ ਕੁਛ, ਤੁਹਾਡੇ ਕੋਲ ਪਹਿਲਾਂ ਸੀਗਾ, ਕੌਣ ਜਾਣਦਾ ਸੀ ਤੁਹਾਨੂੰ, ਜਿਹਦੇ ਕਰਕੇ ਤੁਹਾਡਾ ਐਡਾ ਵੱਡਾ ਨਾਂ ਬਣਿਆ, ਅੱਜ ਉਹਨੂੰ ਤੁਸੀਂ ਕੁਛ ਵੀ ਨਹੀਂ ਸਮਝਦੇ, ਜਿਹਦੇ ਕਰਕੇ ਤੁਹਾਡੀ ਐਡੀ ਵੱਡੀ ਚੜ੍ਹਾਈ ਹੋ ਗਈ, ਤੁਹਾਨੂੰ ਬੱਚਾ ਬੱਚਾ ਜਾਣਦਾ। ਤੁਸੀਂ ਤਾਂ ਐਡੇ ਹੋ, ਇੰਟਰਵਿਊ 'ਚ ਕਹਿਦਾ ਸੀ ਉਹਨੂੰ ਕੱਪੜੇ ਲੈਂਦੇ ਰਹੇ ਹਾਂ, ਲੈ ਉਹ ਜਾ ਹੋਏ ਤੁਹਾਡੇ, ਸਰਮ ਮੰਨ ਲਿਆ ਕਰੋ ਯਾਰ, ਐਂ ਥੋੜ੍ਹੀ ਹੁੰਦਾ, ਤੁਹਾਨੂੰ ਸਰਮ ਯਾਰ ਜਮੀ ਨਹੀਂ ਆਈ ਇੱਕ ਟੁੱਟਾ ਜਿਹਾ ਗੀਤ ਕਰ